नमस्कार, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਸ਼ਾਂਤੀ ਨਗਰ ਤੋਂ, ਜਿੱਥੇ ਇੱਕ ਪੁਲਿਸ ਮੁਲਾਜ਼ਮ ਦੇ ਲੜਕਿਆਂ ਉੱਤੇ ਗੁੰਡਾਗਰਦੀ ਕਰਨ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਵਿੱਚ ਦਾਖਲ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਅਤੇ ਪਰਿਵਾਰਕ ਮੈਂਬਰ ਡੀਜੀ ਉੱਤੇ ਨੱਚ ਰਹੇ ਸਨ ਕਿ ਅਚਾਨਕ ਗਲੀ ਦੇ ਵਿੱਚ ਰਹਿੰਦੇ ਏਐਸਏ ਬਲਵੀਰ ਸਿੰਘ ਦੇ ਲੜਕੇ ਉੱਥੇ ਆ ਗਏ ਅਤੇ ਉਹਨਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ। ਉਹਨਾਂ ਨੇ ਡੀਜੇ ਨੂੰ ਬੰਦ ਕਰਨ ਲਈ ਕਿਹਾ ਤਾਂ ਕੁਝ ਦੇਰ ਡੀਜੇ ਬੰਦ ਕਰਨ ਤੋਂ ਬਾਅਦ ਉਹਨਾਂ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਡੀਜੇ ਦੀ ਵੀ ਭੰਨਤੋੜ ਕੀਤੀ ਗਈ। ਇਥੋਂ ਤੱਕ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਉਹਨਾਂ ਨੇ ਦੱਸਿਆ ਕਿ ਉਸਦਾ ਪਿਤਾ ਪੁਲਿਸ ਮੁਲਾਜ਼ਮ ਹੈ, ਇਸ ਲਈ ਵਰਦੀ ਦੇ ਆਧਾਰ ਉੱਤੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ। ਪੀੜਤ ਪਰਿਵਾਰ ਦੀ ਮੰਗ ਹੈ ਕਿ ਉਸਦਾ ਪਿਤਾ ਪੁਲਿਸ ਵਿੱਚ ਹੈ, ਇਸ ਲਈ ਉਸਦਾ ਕੁਝ ਨਹੀਂ ਹੋ ਸਕਦਾ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਕੁੱਟਮਾਰ ਅਤੇ ਭੰਨਤੋੜ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਏਐਸਆਈ ਜੰਗ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਹੈ ਅਤੇ ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਜਾਂਚ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਰੋਜ਼ਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅਮਨਦੀਪ ਕੌਰ। ਕਿੱਥੋਂ ਰਹਿਣ ਵਾਲੇ? ਸ਼ਾਂਤੀ ਨਗਰ ਜੀ। ਕੀ ਹੋਇਆ ਜਿਹੜਾ ਹੰਗਾਮਾ ਹੈ ਕੁੱਟਮਾਰ? ਸਾਡੇ ਵਿਆਹ ਸੀ ਜੀ, ਗਵਾਂਢੀਆਂ ਦਾ, ਕੁੜੀ ਦਾ। ਅਸੀਂ ਡੀਜੇ ਲਾਏ ਸੀ ਦੇ ਦੀਆਂ ਤਾਂ ਤਰਾਏ ਕੀਤਾ, ਆਣ ਕੇ ਕਹਿੰਦੇ ਬੰਦ ਕਰੋ ਬੰਦ ਕਰੋ, ਤੇ ਅਸੀਂ ਕਿਹਾ ਵੀ ਅਸੀਂ ਬੰਦ ਕਰ ਦਾਂਗੇ, ਵੀ ਅਜੇ ਹੁਣੇ ਤਾਂ ਲਾਏ, ਥੋੜ੍ਹੀ ਦੇਰ ਚੱਲ ਲੈਣ ਦਿਓ। ਤੇ ਉਹ ਕਹਿੰਦਾ ਨਹੀਂ, ਅਸੀਂ ਤਾਂ ਹੁਣੇ ਬੰਦ ਕਰਾਉਣੇ, ਨਹੀਂ ਤਾਂ ਅਸੀਂ ਤੋੜ ਦਾਂਗੇ। ਤੋ ਇੱਥੋਂ ਮੁੰਡੇ ਦੇ ਗਲ ਪੈਣ ਲੱਗ ਪਏ, ਭੰਨਣ ਤੋੜਨ ਲੱਗ ਪਏ ਡੀਜੇ ਡੂਜੇ। ਤੇ ਪਹਿਲਾਂ ਸਾਜਨ ਗਲ ਪਿਆ, ਫਿਰ ਬਲਵੀਰ ਦੇ ਮੁੰਡੇ ਆ ਗਏ, ਉਹਦੀ ਵਹੁਟੀ ਆ ਗਈ, ਬਲਵੀਰ SI ਜੀ। ਤੇ ਉਹ ਕਹਿੰਦੇ ਜਾ ਕਰ ਲਓ ਤੁਸੀਂ ਕੀ ਕਰਨਾ, ਅਸੀਂ ਡੀਜੇ ਭੰਨਣੇ ਹੀ ਨੇ, ਅੱਜ ਲਾਉਣ ਨਹੀਂ ਦੇਣੇ, ਸਾਡੇ ਪਿਓ ਦੀ ਵਰਦੀ ਲਵਾ ਕੇ ਖਾਓ ਤੁਸੀਂ। ਤੇ ਮੁੰਡੇ ਦੇ ਗਲ ਪੈ ਗਏ, ਤੇ ਮੈਂ ਵੀ ਵਿੱਚੇ ਸੀ, ਮੇਰੇ ਕੱਪੜੇ ਪਾੜ ਦਿੱਤੇ, ਬੇਲਫ ਨੰਗੀ ਕਰਤਾ। ਤੇ ਉੱਦਾਂ ਹੀ ਮੈਂ ਕੱਪੜਿਆਂ ਚੁੰਨੀ ਵਲੇਟ ਕੇ ਥਾਣੇ ਗਈ, ਤੇ ਥਾਣੇ ਵਾਲੇ ਕਹਿੰਦੇ ਤੁਸੀਂ ਉੱਥੇ ਜਾਓ, ਦਾਖਲ ਹੋ ਜਾਓ, ਜਾ ਕੇ ਅਸੀਂ ਤੁਹਾਡੀ ਰਿਪੋਰਟ ਨਹੀਂ ਲਿਖ ਸਕਦੇ, ਉੱਥੋਂ MRI ਕਰਾ ਕੇ ਆਓ, ਫਿਰ ਤੁਹਾਨੂੰ ਅਸੀਂ। ਅੱਜ 4 ਦਿਨ ਹੋ ਗਏ ਇੱਥੇ ਦਾਖਲ ਹੋਇਆ ਨੂੰ, ਨਾ ਕੋਈ MRI ਭੇਜੀ, ਨਾ ਕੋਈ ਪੁਲਿਸ ਵਾਲਾ ਆਇਆ, ਨਾ ਕੋਈ ਸੁਣਾਈ, ਨਹੀਂ ਜੀ ਕੋਈ ਨਹੀਂ ਆਈ, ਸਾਡੀ ਸੁਣਾਈ ਕੀਤੀ ਜਾਵੇ। ਹਾਂਜੀ, ਭਗਤਵਾਨ ਦੇ ਰਾਜ ਤੇ ਕੁਛ ਵੀ ਨਹੀਂ ਜੀ, ਸਿਗੋ ਬੁੜੀਆਂ ਦੀ ਇੱਜ਼ਤਾਂ ਨੂੰ ਲੋਕੀ ਪੈਣ ਲੱਗ ਪਏ, ਗੰਡਾਗਰਦੀ ਹੋਣ ਲੱਗ ਪਈ। ਸਾਡੀ ਮੰਗ ਵੀ ਸਾਨੂੰ ਇਨਸਾਫ਼ ਮਿਲਿਆ ਜਾਵੇ, ਔਰਤ ਦੀ ਸੁਣਾਈ ਹੋਵੇ। ਹਾਂਜੀ, ਘੱਟੋ ਘੱਟ 8 ਜਣੇ ਇਹਦੇ ਜਿਨ੍ਹਾਂ ਨੇ ਗੱਲ ਪਏ, ਸਾਰੇ ਬਲਵੀਰ SI ਹੈ ਸ਼ਾਂਤੀ ਨਗਰ ਦਾ, ਨਾਲ ਪਰਚੀ ਵੀ ਧੋਸ ਦਿੰਦਾ ਸਾਨੂੰ, ਕਹਿੰਦਾ ਵੀ ਮੈਂ ਜੋ ਮਰਜ਼ੀ ਕਰ ਸਕਦਾ, ਮੁਲਾਜ਼ਮ ਹੈਗਾ ਵਾ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਨੰਗਲ ਦੇ ਵਿੱਚ ਅਮੋਲ ਕਾਲੀਆ ਪਾਰਕ ਦੇ ਲਾਗੇ RK ਹਸਪਤਾਲ ਦੇ ਵਿੱਚ 24 ਘੰਟੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਵਿੱਚ ਮੈਡੀਸਨ OPD, ਗਾਇਨੀ OPD, ਬੇ ਔਲਾਦ ਜੋੜਿਆਂ ਦੇ ਲਈ ਸ਼ਰਤੀਆ ਇਲਾਜ, ਨੋਰਮਲ ਅਤੇ ਸਿਜੇਰੀਅਨ ਡਿਲੀਵਰੀ ਅਤੇ ਹਰ ਤਰ੍ਹਾਂ ਦੇ ਆਪਰੇਸ਼ਨ ਦੂਰਬੀਨ ਦੇ ਮਾਧਿਅਮ ਨਾਲ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਾਰੇ ਤਰ੍ਹਾਂ ਦੇ ਹੈਲਥ ਕਾਰਡ ਵੀ ਇੱਥੇ ਚੱਲਦੇ ਹਨ। ਸਭ ਤੋਂ ਵੱਡੀ ਗੱਲ, ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਅਤੇ ਦਾਖਲੇ ਦੇ ਲਈ 0% ਇੰਟਰਸਟ ਰੇਟ ਉੱਤੇ ਲੋਨ ਵੀ ਉਪਲਬਧ ਕਰਵਾਇਆ ਜਾਂਦਾ ਹੈ। 24 ਘੰਟੇ ਦੀ ਸੁਵਿਧਾ ਦੇ ਨਾਲ ਹਸਪਤਾਲ ਦੇ ਵਿੱਚ ਹੀ ਫਾਰਮੇਸੀ ਅਤੇ ਲੈਬੋਰਟਰੀ ਵੀ ਮੌਜੂਦ ਹਨ।